ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ। ਦੋਸਤੋ, ਅਸੀਂ ਅੱਜ ਦੇ ਇਸ ਵੀਡੀਓ ਦੇ ਵਿੱਚ ਲੇਟੈਸਟ ਅਪਡੇਟ ਸ਼ੇਅਰ ਕਰਨ ਜਾ ਰਹੇ ਹਾਂ, ਜੋ ਕਿ ਸੋਸਾਇਟੀ ਫਾਰ ਪ੍ਰਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ, ਜੋ ਮੈਰੀਟੋਰੀਅਸ ਸਕੂਲ ਦੇ ਵਿੱਚ ਐਡਮਿਸ਼ਨ ਦੇ ਨਾਲ ਸੰਬੰਧਿਤ ਹੈ। तो फ्रेंड्स, वीडियो शुरू करने तो पहला, अगर तुसी चैनल दे नवे हो, अजे तक चैनल नू सबसक्राइब नहीं किया तो प्लीज़ पहला चैनल नू सबसक्राइब करो, तो इस नाल वैल आइकन नू प्रेस करो ताकि हर इनफॉर्मेटिव वीडियो का नोटिफिकेशन थोड़े तक सब तो पहला पहुँच सके। अगर तुहानू वीडियो अच्छी लगे, वीडियो नू लाइक और शेयर जरूर करना। तो इस दे नाल ही जो लेटैसट अपडेट है शुरू करते हैं। तो जिन्हां विद्यार्थियों ने मेरिटोरियस का जो इंट्रेंस एडमिशन के वास्ते एग्जाम दिता सी, उसका जो रिजल्ट है 24/11/2021 इसका जो रिजल्ट है आउट कर दिता गया सी, और इसकी काउंसलिंग के नाल संबंधित ये लेटेस्ट अपडेट है। तो ये तुसी स्क्रीन पर लैटर देख सकते हो, जिहड़ी लैटर है वह संबंधित है काउंसलिंग ऑफ स्टूडेंट्स हु क्लीयर्ड इंट्रेंस टेस्ट फॉर एडमिशन इन द मेरिटोरियस स्कूल फॉर क्लास 9th and 11th, जिन्होंने 9th ते 10th क्लास वास्ते जो इंट्रेंस टेस्ट पास किया है, उन्हों का जो काउंसलिंग शेड्यूल है वो स्टार्ट हो चुका है। उन्हों का जो काउंसलिंग शेड्यूल है वो है जी 26/11/2021 तो लैके 29/11/2021 तक उन्हों का जो है काउंसलिंग शेड्यूल है। और जिहड़े स्टूडेंट्स क्लीयर होए है वो अपने नज़दीक दे जो मेरिटोरियस स्कूल उन्हों के नज़दीक पैंदे है। ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ 10 ਮੈਰੀਟੋਰੀਅਸ ਸਕੂਲ ਹਨ, ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ, ਸੰਗਰੂਰ ਅਤੇ ਹੁਸ਼ਿਆਰਪੁਰ। ਤੋਂ ਜਿਹੜੇ ਮੈਰੀਟੋਰੀਅਸ ਸਕੂਲ, ਜਿਹੜੇ ਸਟੂਡੈਂਟ, ਜਿਹੜੇ ਜਿਨ੍ਹਾਂ ਦੇ ਨਜ਼ਦੀਕ ਜਿਹੜਾ ਵੀ ਮੈਰੀਟੋਰੀਅਸ ਸਕੂਲ ਨੀਅਰ ਬਾਈ ਹੈ, ਉੱਥੇ ਜਾ ਕੇ ਆਪਣੀ ਜੋ ਕਾਉਂਸਲਿੰਗ ਹੈ ਉਹ ਅਟੈਂਡ ਕਰ ਸਕਦੇ ਆ। ਉਹ ਇਸ ਤੋਂ ਸਭ ਤੋਂ ਜ਼ਿਆਦਾ ਮੇਨ ਇੰਪੋਰਟੈਂਟ ਇਨਫੋਰਮੇਸ਼ਨ ਇਹ ਹੈ, ਜੋ ਕਿ ਮੈਂ ਤੁਹਾਨੂੰ ਡਿਟੇਲ 'ਚ ਦੱਸਣਾ ਚਾਹੁੰਦਾ, ਕਿ ਜੋ ਮੈਰੀਟੋਰੀਅਸ ਦਾ ਜੋ ਇੰਟਰੈਂਸ ਐਗਜ਼ਾਮ ਹੋਇਆ ਸੀ 3/10/2021 ਨੂੰ, ਔਰ ਜਿਸ ਦੇ ਵਿੱਚ ਇਸਦਾ ਜੋ ਰਿਜ਼ਲਟ ਡਿਕਲੇਅਰ ਹੋ ਗਿਆ 24/11/2021 ਨੂੰ, ਉਸ ਦੇ ਵਿੱਚ ਜੋ ਸਟੂਡੈਂਟ ਹੈ 1956 ਸਟੂਡੈਂਟ 'ਚ ਜੋ ਹੈ ਕਲਾਸ 11th ਦੇ ਵਾਸਤੇ ਕੁਆਲੀਫਾਈਡ ਹੋਏ ਹੈ, ਔਰ 56 ਸਟੂਡੈਂਟਸ ਹੋਏ ਹੈ ਕਲਾਸ 9th ਦੇ ਵਾਸਤੇ ਕੁਆਲੀਫਾਈਡ ਹੋਏ ਹੈ, ਜਿਨ੍ਹਾਂ ਨੇ ਕਾਉਂਸਲਿੰਗ ਅਟੈਂਡ ਕਰਨੀ ਹੈ। ਲੇਕਿਨ ਸਭ ਤੋਂ ਇੰਪੋਰਟੈਂਟ ਇੱਕ ਚੀਜ਼ ਹੋਰ ਮੈਂ ਇਨਫੋਰਮੇਸ਼ਨ ਇਹ ਸ਼ੇਅਰ ਕਰਨਾ ਚਾਹੁੰਦਾ ਜ਼ਿਆਦਾਤਰ ਸਟੂਡੈਂਟਸ ਦੇ ਨਾਲ, ਕਿ ਇਹਨਾਂ ਵਿੱਚ 79 ਸਟੂਡੈਂਟਸ ਐਸੇ ਹੈ ਜਿਨ੍ਹਾਂ ਦਾ ਜੋ ਰਿਜ਼ਲਟ ਹੈ ਉਹ ਵਿਦ ਹੈਲਡ ਕੀਤਾ ਗਿਆ, ਇਹਨਾਂ ਦਾ ਰਿਜ਼ਲਟ ਜੋ ਹੈ ਉਹ ਕਲੀਅਰ ਨਹੀਂ ਹੈ, ਯਾਨੀ ਕਿ ਰਿਜ਼ਲਟ ਵਿਦ ਹੈਲਡ ਕੀਤਾ ਗਿਆ, ਰੋਕਿਆ ਗਿਆ ਇਹਨਾਂ ਦਾ ਰਿਜ਼ਲਟ। ਔਰ ਇਸਦਾ ਰੀਜ਼ਨ ਕੀ ਹੈ ਕਿ ਇਹਨਾਂ ਬੱਚਿਆਂ ਦੀ ਫੀਸ ਜਮ੍ਹਾਂ ਨਹੀਂ ਹੋਣ ਕਾਰਨ ਇਹਨਾਂ ਦਾ ਜੋ ਰਿਜ਼ਲਟ ਹੈ ਵਿਦ ਹੈਲਡ ਕੀਤਾ ਗਿਆ ਹੈ। ਔਰ ਇਹ ਜਿਹੜੇ 79 ਸਟੂਡੈਂਟਸ ਹੈ ਉਹ ਅਗਰ ਜਿਨ੍ਹਾਂ ਨੇ ਫੀਸ ਨਹੀਂ ਪੇ ਕੀਤੀ, ਤਾਂ ਉਹ ਆਪਣੀ ਫੀਸ ਪੇ ਕਰਕੇ ਇਸਦਾ ਸਬੂਤ ਨਾਲ ਲਿਆ ਕੇ ਆਪਣੀ ਕਾਉਂਸਲਿੰਗ ਅਟੈਂਡ ਕਰ ਸਕਦੇ ਹੈ। ਤਾਂ ਇਹ ਜੋ ਇਨਫੋਰਮੇਸ਼ਨ ਹੈ ਇਹ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ, ਤਾਂ ਕਿ ਜੋ 79 ਸਟੂਡੈਂਟਸ ਹੈ ਜਿਨ੍ਹਾਂ ਨੇ ਫੀਸ ਪੇ ਨਹੀਂ ਕੀਤੀ, ਉਹਨਾਂ ਦਾ ਰਿਜ਼ਲਟ ਹੈ ਉਹ ਵਿਦ ਹੈਲਡ ਕੀਤਾ ਗਿਆ ਹੈ। ਅਗਰ ਉਹ ਸਟੂਡੈਂਟ ਆਪਣੀ ਫੀਸ ਪੇ ਕਰ ਦਿੰਦੇ ਹੈ ਔਰ ਉਸ ਫੀਸ ਦਾ ਜੋ ਸਬੂਤ ਨਾਲ ਲਿਆ ਕੇ, ਜਾਂ ਆਪਣੇ ਨੀਅਰ ਬਾਈ ਜੋ ਮੈਰੀਟੋਰੀਅਸ ਸਕੂਲ ਹੈ ਉਹਨਾਂ ਦੇ ਨਾਲ ਜੋ ਉੱਥੇ ਕਾਉਂਸਲਿੰਗ ਹੋ ਰਹੀ ਹੈ ਉਹਨਾਂ ਦੇ ਨਾਲ ਕੰਸਰਨ ਕਰਕੇ ਇਸ ਮਸਲੇ ਨੂੰ ਸੋਰਟ ਆਊਟ ਕਰ ਸਕਦੇ ਹੈ, ਔਰ ਉਹ ਸਟੂਡੈਂਟ ਵੀ ਐਡਮਿਸ਼ਨ ਲੈ ਸਕਦੇ ਹੈ। ਤੋ ਕਾਫੀ ਇੰਪੋਰਟੈਂਟ ਇਨਫੋਰਮੇਸ਼ਨ ਹੈ, ਔਰ ਜਿਹੜੇ ਸਟੂਡੈਂਟਸ ਇਸ ਦੇ ਨਾਲ ਸੰਬੰਧਿਤ ਹੈ ਉਹ ਥੋੜ੍ਹਾ ਧਿਆਨ ਦੇਣ, ਔਰ ਆਪਣਾ ਜੋ ਰਿਜ਼ਲਟ ਜਿਨ੍ਹਾਂ ਦਾ ਰਿਜ਼ਲਟ ਵਿਦ ਹੈਲਡ ਕੀਤਾ ਗਿਆ ਉਹ ਆਪਣੀ ਫੀਸ, ਅਗਰ ਉਹਨਾਂ ਨੇ ਫੀਸ ਪੇ ਕੀਤੀ ਹੈ ਤਾਂ ਉਸਦਾ ਸਬੂਤ ਨਾਲ ਲੈ ਕੇ ਆਪਣੀ ਜੋ ਕਾਉਂਸਲਿੰਗ ਹੈ ਅਟੈਂਡ ਕਰ ਸਕਦੇ ਹੈ। ਅਗਰ ਫੀਸ ਨਹੀਂ ਪੇ ਕੀਤੀ ਤਾਂ ਹੁਣ ਵੀ ਉਹ ਫੀਸ ਜੋ ਹੈ ਪੇ ਕਰ ਸਕਦੇ ਆ, ਔਰ ਨੀਅਰ ਵਾਈਜ਼ ਜਿਹੜਾ ਤੁਹਾਡੇ ਨੀਅਰ ਬਾਈ ਕੋਈ ਵੀ ਮੈਰੀਟੋਰੀਅਸ ਸਕੂਲ ਹੈ ਉੱਥੇ ਜਾ ਕੇ ਤੁਸੀਂ ਕੰਸਲਟ ਕਰ ਸਕਦੇ ਹੋ। ਤੋ ਫਰੈਂਡਸ, ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ, ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ, ਤਾਂ ਕਿ ਇਹ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਤੱਕ ਪਹੁੰਚ ਸਕੇ।